Allahumma salli ala Muhammad wa ala Muhammad. ਜਿਹੜੇ ਜਿੰਨੇ ਘਰ ਦੇ ਆਏ ਨੇ ਜੀ, ਉਹ ਸਾਰੇ ਬਕਾਇਦਾ ਮਜਲਿਸ ਥੋੜ੍ਹੀ ਦੇਰ ਤੱਕ ਸੁਣ ਲਓ ਤਾਂ ਕਿ ਹਾਜ਼ਰੀ ਹੋ ਜਾਏ, ਠੀਕ ਹੈ? ਬਹਿ ਜਾਓ ਸਾਰੇ। ਅਲਾਹਮਾ ਸਲਿਆਲਾ ਮੁਹੰਮਦ ਵਾਲੇ ਮੁਹੰਮਦ। ਆ ਜਾ ਬੰਦ ਇੱਕ ਪੜ੍ਹ ਲੈ ਜਾ, ਐਵੇਂ ਨਾ ਮਾਰੂ ਉਮਰ ਮੈਂ ਤੂੰ। ਦੁਆਏ ਹੁਜਤ ਖੁਦਾ ਬਿਸਮਿਲ੍ਲਾ ਰਹਿਮਾਨ ਰਹੀਮ ਅੱਲਾਮਾ ਕੁਲੇ ਬਲੀਏ ਕਲ ਹੁਜਤ ਬਿਨ ਸੱਲਾ ਸਲਾਮ ਸਲਵਾਤੋ ਕਾ ਅਲੈਹਿ ਵਾ ਅਲਾ ਵਾਈ ਫੀ ਆਦ ਸਾਥ ਵਫੀ ਦੇ ਸਾਥ ਇਨ ਸਦਰ ਬਿਨ ਹਾਰ ਬਲੀ ਜਮ ਵਾ ਫਜ਼ਾ ਵਾ ਕਾਇਦਾ ਵਾ ਨਾਸਰ ਵਾ ਦਲੀਲਮ ਵਾ ਐਨਨ ਹਤਾ ਤੁਸਕੇ ਨਾ ਹੋ ਅਰਜ਼ਾ ਕਾ ਤੋ ਅਮਤ ਮਤ ਆਫੀ ਆ ਤਵੀਲਾ ਯਾ ਰੱਬਲ ਹੁਸੈਨ ਬਹਿਕੇ ਦਮਲ ਹੁਸੈਨ ਇਸਫੇ ਸਦਰ ਹੁਸੈਨ ਬੇਜ਼ਹੂਰ ਅਲ ਹੁਜਤ ਅਲ ਕਾਇਮ ਆਲ ਮੁਹੰਮਦ। ਮੇਰੇ ਲਾ ਸਦਕਾ ਮੁਹੰਮਦ ਆਲ ਮੁਹੰਮਦ ਦਾ ਮਜਲਸ ਪਾਕ ਕਬੂਲ ਅਤੇ ਮਨਜ਼ੂਰ ਫਰਮਾ। ਬਣ ਜਾਣ ਦਾ ਅਖਰਾਜਾਤ ਲੰਗਰ ਨਿਆਜ਼ ਸਾਦਾਤ ਦੀ ਸਫੇ ਮਾਤਮ ਵਿੱਚ ਆਈ, ਜ਼ਾ ਕਰੀਮ ਦੀ ਪੜ੍ਹਾਈ ਮੈਂ ਅਖੀਰ ਦੀ ਨੌਕਰੀ, ਕਾਇਨਾਤ ਦਾ ਅੱਲਾ ਕਬੂਲ ਅਤੇ ਮਨਜ਼ੂਰ ਫਰਮਾ। ਸੱਯਦ ਸਜਦਾ ਸਦਾ ਵਸਦੇ ਰਹਿਣ, ਮੇਰੇ ਲਾ ਇਹਨਾਂ ਦੇ ਘਰਾਂ ਨੂੰ ਆਬਾਦ ਫਰਮਾ, ਇਹਨਾਂ ਨੂੰ ਸਿਹਤ ਕਾਮਲਾ ਆਜਲਾ ਤਾ ਫਰਮਾ, ਇਹਨਾਂ ਨੂੰ ਪੁੱਤਰਾਂ ਬਰਾਵਾਂ ਨਾਲ ਸ਼ਾਦੋਬਾਦ ਫਰਮਾ। ਸਲਵਾਤ ਬਾਬਾ ਜ਼ੇ ਬੁਲੰਦ ਪੜੋ ਆਊਜ਼ ਬਿੱਲਾਹਿ ਮਿਨਸ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਸਲਵਾਤ ਅਲਹਮਦੁਲਿਲ੍ਲਾਹਿ ਨਵਰਾ ਕਲੁ ਬਨਾ ਬੇ ਮੁਸਾਏ ਬਿਲ ਹੁਸੈਨ ਸਲਵਾ। ਲਓ ਜੀ, ਜਿਤਨਾ ਕੋ ਵਕਤ ਹੈ ਖੁਤਬਾ ਕਾਫੀ ਅਤੇ ਦੋ ਬੰਦ ਅਤੇ ਤਾਲਬੇ ਦੁਆ। ਬੰਦ ਉਸ ਦੇ ਪੜ੍ਹਨਾ ਚਾਹੁੰਦਾ ਜਿਹੜਾ ਸੱਯਦ ਮਜ਼ਲੂਮ 14 ਸਾਲ ਦਾ ਕੈਦੀ, ਜਿਸ ਦੇ 19 ਪੁੱਤਰ 18 ਧੀਆਂ ਅਤੇ ਜਨਾਜ਼ਾ ਮਜ਼ਦੂਰਾਂ 'ਚ ਆਇਆ। ਮੇਰੇ ਵਾਜਬ ਇਤਰਾਮ ਜਨਾਬ ਕਾਸਮ ਬਾਜ਼ਾਰ ਗਿਆ ਮਦੀਨੇ ਵਾਲਿਆਂ, ਉਸਨੂੰ ਤਾਨੇ ਮਾਰੇ ਤੇਰਾ ਬਾਪ ਕਿੱਥੇ? ਸ਼ਾਹ ਜੀ ਬਿਲਕੁਲ ਮੁਖਤਸਰ ਜੇ ਵਕਤ ਦੇ ਵਿੱਚ ਦੋ ਹੀ ਵਹਿਣ, ਕਾਸਮ ਘਰ ਆਇਆ ਆ ਕੇ ਦੇ ਅੰਮਾ ਮੇਰਾ ਬਾਬਾ ਕਿੱਥੇ? ਪਾਕ ਸੈਨ ਫਰਮਾਇਆ ਤੇਰਾ ਬਾਬਾ ਨਾਨੇ ਦੇ ਦੀਨ ਦੀ ਤਬਲੀਗ ਕਰਨਗੇ। ਸ਼ਾਹਜ਼ਾਦਾ ਮੈਂ ਬਾਬੇ ਕੋ ਮਿਲਣਾ, ਮੁਖਤਸਰ ਕਰੀਏ ਇਜਾਜ਼ਤ ਮਿਲ ਗਈ। ਮੇਰੀ ਸੈਨ ਫਰਮਾਇਆ ਕਾਸਮ ਇੱਕ ਮਾਂ ਦੀ ਵਸੀਅਤ ਯਾਦ ਰੱਖੇ। ਕਾਸਮਾ ਦੇ ਮਾਂ ਕਿਹੜੀ? ਮੇਰੀ ਸੈਨਾ ਦੀਏ ਦਿਨੇ ਸਫ਼ਰ ਕਰੇ, ਰਾਤ ਨੂੰ ਸਫ਼ਰ ਕਰੇ,
ਦਿਨੇ ਆਰਾਮ ਕਰੇ ਅਤੇ ਮਾਂ ਦੀ ਵਸੀਅਤ ਕਦਾਂ ਨਾ ਭੁੱਲੇ, ਕਿਸੇ ਨੂੰ ਵੀ ਆਪਣੀ ਜ਼ਾਤ ਨਾ ਦੱਸੀ ਮੈਂ ਜ਼ਾਤ ਦਾ ਸੱਯਦ। ਕਾਸਮ ਦੀ ਤਿਆਰੀ ਹੋਈ, ਭੈਣਾਂ ਨੂੰ ਮਿਲਣ ਲੱਗਿਆ ਕਾਸਮ, ਅਤੇ ਜਿਹੜੀ ਕਾਸਮ ਦੀਆਂ ਭੈਣਾਂ ਨੇ ਗੱਲ ਕੀਤੀ ਉਹ ਹੀ ਮੈਂ ਬੈਣ ਪੜ੍ਹਨ ਲੱਗਾ ਜੀ। ਸਾਡੇ ਪਿਓ ਗੋਂਡੇ ਸਲਾਮ ਦੇਵੇਂ ਤੇ ਮੈਂਡਾ ਵੀਰ ਨੇ ਰੱਬ ਦੇ ਨਾਂ ਤੇ ਪਹਿਲੇ ਹੱਥ ਚੁੰਮੇ ਹੱਥ ਕੜੀਆਂ ਵਾਲੇ ਫਿਰ ਹੱਥ ਲਾਵੇਂ ਕਦਮਾਂ ਆਖੇ ਦੀਆਂ ਬੋਸੇ ਦੇਂਦੀਆਂ ਨੀ ਤੇ ਇਹਨਾਂ ਕੜੀਆਂ ਵਾਲੀ ਜਾਤ ਰੱਬ ਜਾਣੇ ਕਿਵੇਂ ਸਮਦਾ ਉਸੇ ਸਰ ਰੱਖ ਕੇ ਨਾ ਸਿੱਖਾਂ। 14 ਸਾਲ ਦਾ ਕੈਦੀ 14 ਸਾਲ ਦੀਆਂ ਨੂੰ ਯਾਦ ਕਰਕੇ ਰੋਂਦਾ ਰਹੇ, ਦੀਆਂ ਬਾਬੇ ਨੂੰ ਯਾਦ ਕਰਕੇ ਰੋਂਦੀਆਂ ਰਹੀਆਂ। ਪਹਿਲਾ ਸਾਲ ਗੁਜ਼ਰਿਆ ਕੋਈ ਨਹੀਂ ਆਇਆ, ਦੂਜਾ ਸਾਲ ਗੁਜ਼ਰਿਆ ਕੋਈ ਨਹੀਂ ਆਇਆ, ਤੀਜਾ ਸਾਲ ਗੁਜ਼ਰਿਆ ਕੋਈ ਨਹੀਂ ਆਇਆ, ਰੋਣ ਵਾਲਿਆ ਚੌਥਾ ਸਾਲ ਗੁਜ਼ਰਿਆ ਕੋਈ ਨਹੀਂ ਆਇਆ, ਪੰਜਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ। ਸ਼ਾਲਾ ਇਵੇਂ ਗੁਜ਼ਰੇ ਹੋਵਣ ਜਿਵੇਂ ਮੈਂ ਪੜਦਾਵਨਾ, 7ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 8ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 9ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 10ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 11ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 12ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 13ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 14ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 1 ਧੀਆਂ ਦਾ ਖਾਤਾ ਹੈ ਸਦਕੇ ਦਰੋਵੇ ਜ਼ਿੰਦਾਨ ਦੇ ਹੱਥਾਂ ਤੇ ਮੇਰੇ ਮਜ਼ਲੂਮ ਇਮਾਮ ਦਾ ਖਾਤਾ ਹੈ, ਮੌਲਾ ਦੀ ਨਿਗਾਹ ਪਈਆ ਦੇਨੇ ਦਰੋਗਾ ਹੱਥ ਨਾ ਲਾਵੇ ਮੇਰੀਆਂ ਧੀਆਂ ਦਾ ਹੱਥ ਹੀ, ਮੌਲਾ ਦੇ ਹੱਥਾਂ ਤੇ ਖਾਤਾ ਹੈ। ਮੇਰੇ ਇਮਾਮ ਨੇ ਖਤ ਨੂੰ ਆਂ ਦੇ ਨਾਲ ਲਾਇਆ ਫਿਰ ਚੁੰਮਿਆ, ਚੁੰਮ ਕੇ ਮੇਰੇ ਇਮਾਮ ਨੇ ਖਤ ਖੋਲਿਆ, ਤਰੀਰ ਪੜੀਏ, ਪਹਿਲੀ ਸਤਰ ਤੇ ਲਿਖਿਆ ਹੋਇਆ ਈ ਕਿਹੜੇ ਜੁਰਮ ਦੇ ਵਿੱਚ ਤੁਸੀਂ ਕਹਿ ਦਿਓ ਬਾਬਾ ਤੇ ਤੁਹਾਡੀ ਕਿਉਂ ਸੰਗੀਨ ਸਜ਼ਾ ਏ, ਉਹ ਅਸਾਂ ਸੁਣਿਆ ਏ ਉਹ ਵਿੱਚ ਕੈਦ ਖਾਨੇ ਦੇ ਨਹੀਂ ਲੱਭਦੀ ਬਾਣ ਦੀ ਜਾਏ, ਉਹ ਤੇਰੀਆਂ ਧੀਆਂ ਆਣ ਮੁਲਾਕਾਤ ਕਰੇ ਸਨ ਤੇ ਦਿਓ ਖਤ ਦੇ ਵਿੱਚ ਇਤਲਾਏ
ਬਗਦਾਦ ਦੇ ਵਸਦੇ ਇੰਜ ਨਾ ਆਖਣੇ ਇਹਦਾ ਕੋਈ ਨਹੀਂ ਪੁੱਤਰ ਬਿਰਾਏ। ਮੇਰੇ ਤੇ ਸਵਾਲ ਕਰੋ ਜ਼ਾਕਰ ਜਵੇਦ, ਤੂੰ ਜੋ ਆਦਾ ਪਿਆ ਮੋਲਾ ਨੂੰ ਦੱਸਿਆ, ਮੋਲਾ ਖਾਦਾ ਜਵਾਬ ਧੀਆਂ ਨੂੰ ਦਿੱਤਾ ਜਾਂ ਕੋਈ ਨਾ? ਪਾਕ ਮਿੰਬਰ ਗਵਾਏ ਮੋਲਾ ਧੀਆਂ ਨੂੰ ਖਾਦਾ ਜਵਾਬ ਦਿੱਤਾ ਹੈ, ਉਸੇ ਖਾਤੇ ਤੱਲੇ ਵਾਲੇ ਪਾਸੇ ਮੋਲਾ ਨੇ ਧੀਆਂ ਨੂੰ ਖਾਦਾ ਜਵਾਬ ਦਿੱਤਾ ਹੈ। ਸੱਯਦਾ ਦੈ ਖਤ ਨਹੀਂ ਲਿਖਣਾ ਪਰ ਲਿਖਦਾ ਹਾਂ, ਤੇ ਬਗੇ ਦਾਦ ਦੀ ਨਜਾ ਸਫਜ਼ਾ ਦਾ ਉਹ ਈ ਸਾਲ ਦੇ ਵਿੱਚ ਆਲਾਤ ਮੇਰੇ ਥੀ ਗਏ ਹਨ ਸੰਗੀਨ ਜ਼ਿਆਦਾ, ਉਹ ਡੰਗ ਥੋੜੇ ਰਹਿ ਗਏ ਮੇਰੀ ਜ਼ਿੰਦਗੀ ਦੇ, ਤੇ ਆਇਆ ਨੇੜੇ ਵਕਤ ਕਜ਼ਾ ਦਾ ਸੱਯਦਾ ਦੈ ਮੈਂ ਵੀ ਨਹੀਂ ਬਲਣਾ, ਉਹ ਮੈਂ ਨਹੀਂ ਬਲਣਾ, ਉਹ ਜਿਵੇਂ ਨਹੀਂ ਬਲਿਆ ਉੱਤੇ ਪੁੱਤ ਵਤਨ ਤੇ ਪਿਓ ਸੁਗਰਾ। ਦੁਆ ਬਰਾਏ ਜ਼ਹੂਰ ਇਮਾਮ ਜ਼ਮਾਨ ਅਲੈਹਿ ਸਲਾਤੁ ਵਸਲਾਮ। ਬਿਸਮਿਲਲਾਹਿ ਰਹਿਮਾਨ ਰਹੀਮ। ਅੱਲਾਹੁਮਾ ਕੁੱਲੇ ਵਲੀਯਕ ਅਲ ਹੁਜਤ ਬਿਨ ਅਲ ਹਸਨ ਅਲੈਹਿ ਸਲਾਤੁ ਵਸਲਾਮ, ਸਲਵਾਤੁਕਾ ਅਲੈਹਿ ਵਅਲਾ ਆਬਾਇਹਿ ਫੀ ਹਾਜ਼ਿਹਿ ਸਾਅਤ ਵਫੀ ਕੁੱਲੇ ਸਾਅਤ ਮਿਨ ਸਾਅਤਿ ਲੈਲ ਵਨਹਾਰ ਵਲੀਯੁਮ ਵਹਾਫਿਜ਼ੁਮ ਵਕਾਇਦੁਮ ਵਨਾਸਿਰੁਮ ਵਦਲੀਲੁਮ ਵਆਇਨਾ ਹੱਤਾ ਤੁਸਕਿਨਹੁ ਅਰਜ਼ਕਾ ਤਵਨ ਵਤਮਤਿਆ ਫੀਹਾ ਤਵੀਲਾ। ਬਿਸਮਿਲਲਾਹਿ ਰਹਿਮਾਨ ਰਹੀਮ। ਰੱਬਿ ਸ਼ਰਾਹ ਲੀ ਸਦਰੀ ਵਯਸਰ ਲੀ ਅਮਰੀ ਵਾਹਲੁਲ ਉਕਦਤੁ ਮਿਨ ਲਿਸਾਨੀ ਯਫਕਹੂ ਕੌਲੀ। ਰਹੀਮ ਅੱਲਾ ਕਰੀਮ ਅੱਲਾ ਚੌਦਾਂ ਦੀ ਇੱਜ਼ਤ ਅਜ਼ਮਤ ਸਦਕੇ ਤਮਾਮ ਦਾ ਟੁਰਿਆ ਮਨਜ਼ੂਰ ਓ ਮਕਬੂਲ ਫਰਮਾ। ਮਾਲਕ ਅੱਲਾ ਇਹਨਾਂ ਦੇ ਕਦਮ ਕਦਮ ਦੇ ਬਦਲੇ ਹਜ਼ਾਰਾਂ ਹਜ਼ਾਰਾਂ ਗੁਨਾਹ ਮਾਫ ਫਰਮਾ। ਸਾਦਾਤ ਦਾ ਸਾਇਆ ਉਮਤਿਆਂ 'ਤੇ ਕਾਇਮ ਉਦਾਇਮ ਫਰਮਾ। ਇੱਜ਼ਤ ਹੈਦਰ ਦੇ ਸਦਕੇ ਮਾਲਕ ਅੱਲਾ ਸਾਦਾਤ ਦੀ ਜ਼ਿੰਦਗੀ ਦਰਾਜ਼ ਫਰਮਾ। ਘਰਾਂ 'ਤੇ ਕਰੋੜਾਂ ਹਰ ਰਹਿਮਤਾਂ ਦਾ ਨਜ਼ੂਲ ਅਤਾ ਫਰਮਾ। ਮਾਲਕ ਅੱਲਾ ਇਹਨਾਂ ਦੇ ਟੁਰ ਗਏ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ। ਸਗੀਰਾ ਓ ਕਬੀਰਾ ਗੁਨਾਹ ਮਾਫ ਫਰਮਾ। ਆਲਾ ਇਲੀਯੀਨ ਚ ਮਕਾਮ ਅਤਾ ਫਰਮਾ। ਅੱਲਾਹੁਮਾ ਸੱਲੀ ਅਲਾ ਮੁਹੰਮਦ ਵਾ ਅਜਿਲ ਫਰਜਾ ਕਾਇਮ ਅਲ ਮੁਹੰਮਦ। ਡਾਮੀ ਦਾ ਡੀਂ ਹੈ, ਹੁਸੈਨ ਬਾਦਸ਼ਾਹ ਟੁਰਦੇ ਟੁਰਦੇ ਅਲੀ ਅਕਬਰ ਦੇ ਕੋਲ ਆ ਖੜੇ ਨੇ। ਅਲੀ ਅਕਬਰ ਦਾ ਖੱਬਾ ਪਾਸਾ ਚੁੰਮ ਕੇ ਰੋ ਰੋ ਕੇ ਖੜਿਆ ਦਿਨ, ਅਕਬਰ ਤੂੰ ਮੇਰਾ ਸੋਹਣਾ ਪੁੱਤਰੇ। ਜੈ ਵੇਲੇ ਹੁਸੈਨ ਇਹ ਗੱਲ ਕੀਤੀ, ਇਹੋ ਮੰਜ਼ਰ ਡਿੱਠਾ ਜਨਾਬ ਕਾਸਿਮ ਜਲਦੀ ਦੇ ਨਾਲ ਟੁਰਿਆ। ਬਾਬਾ ਜੀ ਉੱਥਾਂ ਆਏ ਜਿੱਥਾਂ ਮਾਂ ਮਿੱਟੀ 'ਤੇ ਰੋਂਦੀ ਬੈਠੀ ਐਸ, ਮਾਂ ਦੇ ਪਾਸੇ ਦੇਖ ਕੇ ਰੋ ਰੋ ਕੇ ਖੜਾ ਦੇ, ਅੰਮਾ ਮੈਂ ਕੋ ਸੱਚ ਦੱਸਾਂ, ਮੈਂ ਕੋ ਬਾਬਾ ਇਵੇਂ ਚੁੰਮਦਾ ਹਾਂ। ਉੱਠੀ ਆਓ ਡੁਬੈਣ ਪੜਦਾ ਅਮੀਰ ਕਾਸਿਮ ਦੀ ਗੁਰਬਾਦੇ, ਸਾਰਾ ਮਜ਼ਮੂਨ ਸੁਣੀ ਬੈਠਿਓ।
ਕੋਸ਼ਿਸ਼ ਕਰੇਂਦਾ ਦੋ ਚਾਰ ਆਂਸੂ ਇਬਾਦਤ ਦੀ ਖਾਤਰ ਕਾਸਿਮ ਦੀ ਮਾਂ ਕੋ ਜ਼ਰੂਰ ਦੇ ਕੇ ਵਣੇ ਪਿਆ ਮਾਇਓ ਬਨ ਰੇ ਦੀ ਹੈ ਵੋ ਗੁਰਬਤ ਪੜਦਾ ਜੈ ਖੂਨ ਦੀ ਮੈਂ ਦਿਲਾਈ ਓ ਜੰਦੀ ਲਾਸ਼ ਅਨੋਖੇ ਰੰਗ ਦੇ ਵਿੱਚ ਵੋ ਸ਼ਾਰੇ ਤੂੰ ਬਿਸਮਿਲ੍ਲਾ ਕਰ ਅਦਪੀਆਂ ਜਿੰਦੀ ਮਾਂ ਪੁੱਛਿਆ ਮਦਾ ਕਾਸਿਮ ਕਿਨ ਗਏ ਸ਼ਾਗੰਢੜੀ ਖੋਲ ਦਿਖਾਈ ਬੀਬੀ ਮੂੰਹ ਬਚੜੇ ਦਾ ਚੁੰਮਣ ਲੱਗੀ ਵੋ ਤਸਵੀਰ ਨਜ਼ਰ ਨਾ ਦੀ ਰਾਤ ਕਾਸਿਮ ਲਾਲ ਜੈ ਵੇਲੇ ਚਾਚੇ ਕੋਲ ਇਜਾਜ਼ਤ ਗਿਣਨ ਆਏ ਇਜਾਜ਼ਤ ਨਹੀਂ ਮਿਲੀ ਰੋਂਦਾ ਹੋਇਆ ਕਾਸਿਮ ਟੁਰ ਪਏ ਮਾਂ ਦੇ ਖੈਮੇ ਦੇ ਨਾਲ ਉਪਿਆ ਗੁਜ਼ਰਦਾ ਹਾਂ ਬੁੱਢੜੀ ਮਾਂ ਕਲ ਮਾਰ ਕੇ ਦੇ ਕਾਸਿਮ ਮੈਂ ਕੁੜਸਾ ਅੱਜਾ ਜੀਂਦਾ ਵੱਧਾ ਹੈ ਆਦਾ ਅੰਮਾ ਚਾਚੇ ਕੋਲ ਮੈਂ ਕੋ ਚਾਚਾ ਇਜਾਜ਼ਤ ਨਹੀਂ ਦਿੰਦਾ ਅਮਨ ਮੈਂ ਕੁੜਸਾ ਮੈਂ ਯਤੀਮ ਕਿਨ ਵੰਜਣਾ ਹੈ ਮੈਂ ਯਤੀਮ ਕਿਨ ਵੰਜਣਾ ਅੱਜ ਕਾਸਿਮ ਦੇ ਕਰੀਬਾ ਕਾਸਿਮ ਮੌਲਾ ਕਰੀਬਾ ਬੈਠੇ ਬੀਬੀ ਪੁੱਤਰ ਦੀ ਦਾੜੀ ਤੇ ਬੋਸ ਦੇ ਕੇ ਆਦੀਏ ਮੁਕੱਦਾ ਮੇਰੀ ਗੁਰਬਤ ਦੀ ਤਫਰੀ ਬਚੜਾ ਹੁਣ ਕਰ ਨਹੀਂ ਦੇਰ ਹੈ ਰਜ਼ੀਆ ਅਗਲੀ ਸੱਤਰ ਸੁਣਾਏ ਬੀਬੀਆ ਦੇ ਹੱਥ ਰੱਖ ਚਾਚੇ ਦੇ
ਦਾ ਅੱਜ ਫਜਰ ਵੇਲੇ ਦੇ ਸੁਣਦੀ ਪਈਆ ਦੇ ਵਣ ਅਕਬਰ ਪੁੱਤਰ ਦੀ ਲਾਸ਼ ਤੇ ਘੋੜੇ ਹਾਏ ਪਿਓ ਦੇ ਜਨਾਜ਼ੇ ਚ ਤੀਰ ਪੁੱਤਰ ਦੀ ਲਾਸ਼ ਤੇ ਘੋੜੇ ਤਫਸੀਲਾਂ ਜੁਮਲਾ ਨਾ ਪੜਦਾ ਹੁਸੈਨ ਬਾਦਸ਼ਾਹ ਕਾਸਿਮ ਦੇ ਟੁਕੜਿਆਂ ਦੀ ਗੰਢ ਬਣਾ ਕੇ ਕਾਸਿਮ ਦੀ ਮਾਂ ਦੇ ਖੈਮੇ ਦੇ ਦਰਵਾਜ਼ੇ ਤੇ ਆ ਖੜਾ ਹੈ ਰੋ ਰੋ ਕਾਸਿਮ ਦੀ ਮਾਂ ਜਲਦੀ ਆ ਬੱਚੜਾ ਮਿਲਣ ਆਈ ਬੱਚੜਾ ਮਿਲਣ ਆਈ ਮੜੀ ਸੈਣੀ ਵੇਈਏ ਜਿਵੇਂ ਜੀਕਲ ਪਾਸੇ ਪਾਣੀ ਆਉਂਦਾ ਰੋ ਕੇ ਦੇ ਹੁਸੈਨ ਮੈਂ ਕੁੜਸਾ ਮੈਂ ਕੁੜਸਦਾ ਕੁਝ ਨਹੀਂ ਕਿਨ ਗਏ ਮੇਰਾ ਕਾਸਿਮ ਪੜਨਾ ਚਾਹਨਾ ਅੱਲਾ ਜ਼ਿੰਦਗੀ ਦੇਵੇ ਬਾਬੇ ਗਯੂਰ ਸ਼ਾਹ ਸਾਬਰ ਕੋ ਉਹ ਪੜਦਾ ਰਹਿੰਦੇ ਜੈ ਮਲੇ ਮਰੀ ਸੈਣ ਨੇ ਆਖਿਆ ਕਿਨ ਗਏ ਮੇਰਾ ਕਾਸਿਮ ਹੁਣ ਹੁਸੈਨ ਰੋਂਦਾ ਰੋਂਦਾ ਜ਼ਮੀਨ ਤੇ ਬਹਿ ਗਏ ਭਰਜਾਈ ਦੇ ਪਾਸ ਦੇ ਕਰੋ ਰੋਕ ਬੈਠਾ ਦੇ ਭਰਜਾਈ ਅੰਮਾ ਮੈਡੋ ਦੇ ਜਿਹੜੀ ਕੁਰਬਾਨੀ ਅੱਲਾ ਦੇ ਰਾਤ ਦਿੱਤੀ ਵਨੇ ਉਹਦਾ ਤਰਾ ਹਿੱਸੇ ਕੀਤੇ ਮੈਨੇ ਸੈਦਾ ਦਾ ਮੇਰੀ ਗੁਰਬਤ ਦੇ ਖੁਦੂ ਹਿੱਸੇ ਵੰਡਾਇਆ ਇੱਕ ਹਿੱਸਾ ਚਾਇਆ ਇਤਨਾ ਕਾਸਿਮ ਇੱਕ ਰਾਜ ਕਰੋ ਬੀਬੀਆ ਦੇ ਹੈ ਸਰਦਾਰ ਤੇ ਮੇਰੇ ਪੁੱਤਰ ਕੋ ਦਫਨ ਕਿਉਂ ਨੀ ਵੇ ਕੀਤਾ ਜੈ ਵੇਲੇ ਦਫਨ ਦਾ ਨਾਮ ਹੈ ਰਾਜ ਰੁਨੈ ਹੁਸੈਨ ਤੇ ਭਰਜਾਈ ਦੇ ਪਾਸ ਦੇ ਕੇ ਰੋ ਰੋ ਕੇ ਬੈਠਾ ਦੇ ਸੈਦਾ ਦਾ ਜਾ ਦਫਨ ਦੇ ਕਾਬਲ ਅੱਲਾਸ਼ ਹੁੰਦੀਆਂ ਦਾ ਬਨ ਵਿੱਚ ਮੈਂ ਦਫਨਾਏ ਓ ਮੈਂ ਕੋਈ ਸਾ ਨਹੀਂ ਸਾਬਤ ਮਿਲਿਆ ਬਹੁ ਫਿਰਿਆ ਵਿੱਚ ਹੈ ਅੱਜ ਵਾਸੀ 'ਚ ਨਹੀਂ ਹੈ ਕਰਨਾ ਵਾਸੀ 'ਚ ਬਿਸਮਿਲਾ ਕਰ ਬਿਸਮਿਲਾ ਕਰ ਬਿਸਮਿਲਾ ਕਰ ਮੈਨੂੰ ਕਰ ਪਰਦੇ ਸਲਾਮਤ ਹੋ ਸੈਦਾ ਦਾ ਜਾ ਦਫਨ ਦੇ ਕਾਬਲ ਅੱਲਾਸ਼ ਹੁੰਦੀਆਂ ਦਾ ਬਨ ਵਿੱਚ ਮੈਂ ਦਫਨਾਏ ਓ ਮੈਂ ਕੋਈ ਸਾ ਨਹੀਂ ਸਾਬਤ ਮਿਲਿਆ ਬਹੁ ਫਿਰਿਆ ਵਿੱਚ ਹਾਏ ਸਾਰਾ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਅਲੀ ਜਾਂ ਯਾ ਰਾਜ਼ੀ ਸੈਦਾ ਦਾ
ਗਰੀਬਾ ਦਾ ਇਹੋ ਕਾਸਮ ਹੈ ਜਿਹੜਾ ਘਿਨ ਆਇਆ ਦੇ ਵੋ ਬੀਬੀਆ ਕੋ ਇਤਲਾ ਬੀਬੀ ਗੰਢ ਖੋਲੀਏ ਇੱਕ ਟੁਕੜਾ ਚਾਹੀਦੀ ਹੈ ਅੱਖਾਂ ਦੇ ਬਰਾਬਰ ਗਿਨਾਂ ਦੇ ਚੁੰਮਦੀ ਹੈ ਚਾਦਰ 'ਚ ਰੱਖ ਛੁੜੇਂਦੀ ਹੈ ਵੀ ਆ ਟੁਕੜਾ ਚਾਹੀਦੀ ਹੈ ਅੱਖਾਂ ਦੇ ਬਰਾਬਰ ਗਿਨਾਂ ਦੀ ਹੈ ਚੁੰਮਦੀ ਹੈ ਚਾਦਰ 'ਚ ਰੱਖ ਛੁੜੇਂਦੀ ਹੈ ਇਹੋ ਮੰਜ਼ਰ ਕਾਇ ਡਿੱਠਾ ਹੈ ਆਲੀਆ ਸੈਣ ਜਲਦੀ ਦੇ ਨਾਲ ਉਬਾਲ ਕਦਮ ਚਾ ਕੇ ਭਰਜਈ ਦੇ ਕੋਲਾ ਬੈਠੀਏ ਆਦੇ ਭਰਜਈ ਅੰਮਾ ਮੈਂ ਕੁਦਸਾ ਕਿਆ ਬੈਠੇ ਗੁਲੇਂਦੇ ਹੋ ਉਸ ਵੇਲੇ ਕਾਸਿਮ ਦੀ ਮਾਂ ਆਲੀਆ ਸੈਣ ਦੇ ਪਾਸ ਦੇ ਕੇ ਰੋ ਰੋ ਕੇ ਬੈਠੀ ਆਜੇ ਬੀਬੀ ਆਦੇ ਬੈਠੀ ਬਰਗ ਗੁਲੇਂਦਿਆ ਓ ਚਾਰੇ ਦੇ ਮੋ ਪੁੱਤਰ ਦਾ ਚੁੰਮਿਆ ਦੀ ਹਾਮੀ ਉਹ ਪਰ ਨਹੀਂ ਲੱਭਦੇ ਰੁਖਸਾਰ ਕਾਸਿਮ ਦੇ ਮੈਂ ਡਿੱਠੇ ਹਿਮ ਬਾਰੇ ਆਏ ਗਿਤਮਾ ਉਜੜੀ ਕੂਥੀ ਵਿਵਹਾਰ ਸਨਾਲ ਹਾਏ ਲਿਕਲਾ ਨੰਬਰ ਦੀ ਇੱਜ਼ਤ ਦੀ ਕਸਮ ਹਕਲ ਮਾਰ ਕੇ ਅਜੇ ਅੰਮਾ ਫਿਜ਼ਾ ਵਨ ਜਲਦੀ ਕਰ ਮੇਰੀ ਨੂੰਹ ਕੋ ਸਾਡਾ ਮੇਰੀ ਸੈਣੀ ਵੀ ਆਈਏ ਜਿਵੇਂ ਜੀਕ ਵਾਲੇ ਪਾਸੇ ਪਾਣੀ ਆਉਂਦਾ ਆ ਕੇ ਵਾਰਸ ਦੇ ਟੁਕੜਿਆਂ ਦੇ ਕੋਲ ਬਹਿ ਗਈਏ ਮੇਰੀ ਸੈਣ ਟੁਕੜਿਆਂ ਦੇ ਕੋਲ ਬਹਿ ਕੇ ਤ੍ਰੈ ਵੈਣ ਕੀਤੇ ਪਹਿਲਾ ਵੈਣ ਕਰਕੇ ਅਜੇ ਚਾਚੇ ਜਾਇਆ ਮੈਨੂੰ ਦੇਖ ਮੈਂ ਤੇਰੀ ਰਾਤ ਦੀ ਪਰਨੀ ਹੋਈ ਬੇਵਾ ਆਏ ਦੂਜਾ ਵੈਣ ਕਰਕੇ ਦੇ ਚਾਚਾ ਜਾਇਆ ਮੈਨੂੰ ਦੇਖ ਮੈਂ ਤੇਰੇ ਬਾਦ ਸ਼ਾਮ ਵੰਜਣਾ ਹੈ ਤੀਜਾ ਵੈਣ ਕਰਕੇ ਦੇ ਚਾਚਾ ਜਾਇਆ ਬੋਲ ਨਾ ਬੋਲ ਹੇ ਤੇਰੀ ਮਰਜ਼ੀ ਦੀ ਬਾਤ ਮੈਂ ਗਰੀਬ ਦੀਆ ਤ੍ਰੈ ਵੈਣ ਕੀਤੇ ਕੋਈ ਜਵਾਬ ਨਹੀਂ ਮਿਲਾ ਹੁਣ ਮੇਰੀ ਸੈਣ ਬੇਵਸਤੀ ਗਈ ਹੈ ਰੋ ਰੋ ਕੇ ਬੈਠੀ ਅਜੇ ਉੱਠੀ ਜਾਗ ਵੇ ਸੇਰੀਆਂ ਵਾਲੇ ਜਾ ਉੱਠੀ ਜਾਗ ਵੇ ਸੇਰੀਆਂ ਵਾਲੇ ਸੀਨੇ ਤੇ ਹੱਥ ਮਰਹਿੰਦਾ ਮੈਂ ਨਿਆਜ਼ ਹੁਸੈਨ ਸੇਰੀਆਂ ਵਾਲੇ ਆ ਉੱਠੀ ਜਾਗ ਵੇ ਸੇਰੀਆਂ ਵਾਲੇ ਉੱਠੀ ਜਾਗ ਵੇ ਸੇਰੀਆਂ ਵਾਲੇ ਆ ਕੋਈ ਖਬਰ ਦੀ ਖਬਰ ਸੁਣਾ ਸਹਿਰੇ ਖਾ ਕਿ ਚਲ ਗਏ ਹਿੰਨ ਤੇਰੇ ਸਹਿਰੇ
ਹੱਕ ਚ ਰਲ ਗਏ ਹਨ ਤੋਣੇ ਗਾਨਾ ਆ ਬਦਵਾਵੇਂ ਮਿੰਬਰ ਦੀ ਜ਼ਦ ਕਸਮੇ ਕਾਸਮ ਦੀ ਬਨਰੀ ਕਾਸਮ ਦੇ ਟੁਕੜਿਆਂ ਦੇ ਕੋਲ ਬਹਿ ਕੇ ਇਹੋ ਜੀ ਅਵੈਣ ਕੀਤੇ ਜੋ ਕਰਬਲਾ ਦੀ ਨਗਰੀ ਹੱਲਣ ਲੱਗ ਗਈ ਏ ਰੋ ਰੋ ਕੇ ਬੈਠੀਆ ਦੇ ਚਾਚੇ ਜਾਇਆ ਬੋਲ ਨਾ ਬੋਲ ਹੈ ਤੇਰੀ ਮਰਜ਼ੀ ਦੀ ਬਾਤ ਤੂੰ ਅਮੀਰ ਦਾ ਪੁੱਤਰ ਜਾਗ ਤਾਂ ਸਹੀ ਤੇ ਕੋ ਮਿਲਣ ਗਰੀਬ ਦੀ ਧੀ ਆਈ ਮੇਰੇ ਪੇਕੇ ਸਭ ਰੇ ਮਾਰੇ ਗਏ ਤੇ ਮਿਲਣ ਭੀਰਾਵਾ ਮੋਈ ਦਸਤਾ ਸਹੀ ਮੈਂ ਕਿਨ ਮੰਨਣ ਜ਼ਰਾ ਦਸਤਾ ਸਹੀ ਕਿਨ ਮੰਨਣ ਕੋਈ ਰਾਹ ਮੈਂ ਕੋ ਦਿਖ ਲਾਵੇਂ ਰਹੀਮ ਅੱਲਾ ਕਰੀਮ ਅੱਲਾ ਇਹ ਸਹਿਰੀਆਂ ਵਾਲੇ ਦੀ ਇੱਜ਼ਤ ਦਾ ਸਦਕਾ ਮਾਲਕ ਅੱਲਾ ਜਿਤਨੇ ਟੂਰਨ ਇਹਨਾਂ ਦੇ ਝੋਲੀਆਂ ਖਾਲੀ ਨਾ ਬੁਲਾਵੇਂ ਇਹਨਾਂ ਦੇ ਨੇਕ ਦਿਲੀ ਹਾਜਾਤ ਮਨਜ਼ੂਰ ਮਕਬੂਲ ਫਰਮਾਵੇਂ ਮਾਲਕ ਅੱਲਾ ਸਾਦਾਤ ਦੀ ਜ਼ਿੰਦਗੀ ਦਰਾਜ਼ ਫਰਮਾਓ ਮਾਲਕ ਅੱਲਾ ਬਾ ਵਿਆਰਫ ਸ਼ਾਹ ਦੇ ਪੁੱਤਰਾਂ ਬਿਰਾਵਾਂ ਦੀ ਜ਼ਿੰਦਗੀ ਦਰਾਜ਼ ਫਰਮਾ ਮਾਲਕ ਅੱਲਾ ਇਹਨਾਂ ਦੇ ਰਿਜ਼ਕ ਖੈਰ 'ਚ ਵਸਤ ਅਤਾ ਫਰਮਾ ਮਾਲਕ ਅੱਲਾ ਇਹ ਪੂਰੇ ਅਸ਼ਰੇ ਦੇ ਮਜਲਸਾਂ ਦਾ ਸਵਾਬ ਇਹਨਾਂ ਦੇ ਜਿਤਨੇ ਲਵਾਹਕੀਨ ਬਜ਼ੁਰਗ ਮਰਦ ਮਸਤੂਰਾਤ ਇਹਦਾ ਰਫਾਨੀ ਤਕੂਚ ਕਰ ਗਏ ਬਿਲਖਸੂਸ ਜਿਨ੍ਹਾਂ ਦਾ ਫਾਤਿਹਾ ਪੜ੍ਹਨ ਵਾਲਾ ਕੋਈ ਨਹੀਂ ਉਹਨਾਂ ਦੇ ਰੂਹ ਇਸਾਲ ਫਰਮਾ ਮਾਲਕ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾ ਸਗੀਰਾ ਓ ਕਬੀਰਾ ਗੁਨਾਹ ਮਾਫ ਫਰਮਾ ਆਲਾ ਇਲੀਯੀਨ ਚ ਮਕਾਮ ਅਤਾ ਫਰਮਾ ਇੱਜ਼ਤ ਹੈਦਰ ਦੇ ਸਦਕੇ ਮਾਲਕ ਅੱਲਾ ਅੱਜ ਦੀ ਰਾਤ ਦੇ ਸਦਕੇ ਸੇਰੀਆਂ ਵਾਲੇ ਕਾਸਮ ਦੀ ਇੱਜ਼ਤ ਦੇ ਸਦਕੇ ਜਿਤਨੇ ਨੌਜਵਾਨ ਭਰਾ ਹਨ ਮਾਲਕ ਇਹਨਾਂ ਦੀ ਜ਼ਿੰਦਗੀ ਦਰਾਜ਼ ਫਰਮਾ ਇਹਨਾਂ ਦੀਆਂ ਬਹਿਣਾ ਇਹਨਾਂ ਕੋ ਸਿਰੇ ਪਾਵੇਂ ਕਿਸਮਤ ਨਿਖੜੀ ਸਹਿਣ ਦੀ ਜਿਹੜੀ ਅਕਬਰ ਕੁਸੇਰਾ ਨਹੀਂ ਪਾ ਸਕੀ ਕਾਸਿਮ ਕੁਸੇਰਾ ਨਹੀਂ ਪਾ ਸਕੀ ਮਾਲਕ ਅੱਲਾ ਸੁਗਰਾ ਸਹਿਣ ਦੀ ਇੱਜ਼ਤ ਦੇ ਸਦਕੇ ਮਾਲਕ ਅੱਲਾ ਅੱਜ ਦੀ ਰਾਤ ਦੇ ਸਦਕੇ ਜਿਤਨੇ ਮੂਮਿਨ ਬੇ ਔਲਾਦ ਇਨ ਸਹਿਬ ਔਲਾਦ ਫਰਮਾਵੇ ਜਿਤਨੇ ਮੂਮਿਨ ਬਿਮਾਰ ਇਨ ਸ਼ਿਫਾਏ ਕਾਮਲਾ ਆਜਲਾ ਇਨਾਇਤ ਫਰਮਾਵੇ ਮਾਲਕ ਅੱਲਾ ਅਸਾਂ ਵਾਰਿਸ ਦੇ ਹੁੰਦਿਆਂ ਬੇ ਵਾਰਿਸ ਸਾਡੇ ਵਾਰਿਸ ਇਮਾਮ